पढ़ ले नमाज अदा कर ले ज़कात नेकियां दा बीज बीजे उठे अधी रात पढ़ ले नमाज अदा कर ले ज़कात नेकियां दा बीज बीजे छड़ना जहान अड़िया सोच किस बात ओ वेख ले करून भार सिर उते जा गया उठ जाग ब्यारे वेला मौत नेड़े आ गया कुछ ना कमाई वेला सुते आन गा गया कले आसी रब तेनु नेकियां कमान नु ओ इत्थे आके राज बैठा उस खान ते अंडान नु ओ कले आसी रब तेनु नेकियां कमान नु आके रोज बैठा इस खान ते गंडान नू नबी सुलेमान हुकम जिन्ना ते चला गया उठ जाग प्यारे वेला मौत नेड़े आ गया कुछ ना कमाई वेला सुते आन गा गया पढ़ ले नमाज अदा कर ले ज़कात नू नेकियां दा बीज बीजे उठे अधी रात नू ओ टैनी नहीं रहनी सदा फुलां दी बहार ओए सदा नहीं ओ महफलां ते सदा नहीं ओ यार ए ओ टैनी नहीं रहनी सदा फुलां दी बहार ओए ओ सदा नहीं ओ महफलां ते सदा नहीं ओ यार ओए ओ सदा नहीं ओ रहना इत्थे कसूरी गुनागार ओए आन के तेनू इत्थे जुमा पड़ा गया उठ जाग प्यारे वेला मौत नेड़े आ गया कुछ ना कमाई वेला सुते आन गा लिया पढ़ ले नमाज अदा कर ले ज़कात नू नेकियां दा बीज बीजे उठे अधी रात नू हर किस्म दी हमदो सना अल्लाह रब्बुल आलमीन दी ज़ात वास्ते अनगिन ला तादाद बेशुमार दरूद व सलाम इमाम अल अंबिया इमाम अल हरमैन सैयद उस सकलैन शफी उल मुज़निबीन इमाम अल अव्वलीन व अल आखिरीन जनाबे मुहम्मद रसूलुल्लाह सल्लल्लाहु अलैहि वसल्लम दी ज़ात वास्ते खास बुजुर्गो भाइयो अजीज काबले कदर नौजवान साथियों मेरा आज दा उन्वान नमाज की अहमियत और बेनमाजी का अंजाम इंशाअल्लाह रहमान इन्हां दे हवाले नाल चंद कुरानी आयात चंद नबी अलैहि सलात व सलाम दी अहादीस थोड़े सामने गुफ्तगू करांगा दुआ करो अल्लाह हक और सच बयान करने दी तौफीक अता फरमाए और जो मैं बयान करां अल्लाह मेरे समय सानू सारिआं नू सुन सुना के इस ते अमल दी तौफीक अता फरमाए एक और भी दुआ करना
ਭਾਈ ਗੁਲਾਮ ਹੁਸੈਨ ਸਾਹਿਬ ਉਹਨਾਂ ਦੀਆਂ ਮਸ਼ੀਰਾਂ ਬਿਮਾਰ ਨੇ, ਦੁਆ ਕਰੋ ਅੱਲਾ ਉਹਨਾਂ ਨੂੰ ਸਿਹਤ ਵਾਲੀ ਲੰਬੀ ਜ਼ਿੰਦਗੀ ਅਤਾ ਫਰਮਾਏ। ਇੱਕ ਹੋਰ ਭਾਈ ਨੇ ਦੁਆ ਦੀ ਦਰਖਾਸਤ ਕੀਤੀ ਸੀ, ਵਸੀਮ ਭਾਈ, ਉਹਨਾਂ ਦੀ ਵਾਲਦਾ ਬਿਮਾਰ ਨੇ, ਅੱਲਾ ਪਾਕ ਉਹਨਾਂ ਨੂੰ ਵੀ ਸਿਹਤ ਵਾਲੀ ਲੰਬੀ ਜ਼ਿੰਦਗੀ ਅਤਾ ਫਰਮਾਏ। ਜਿਤਨੇ ਵੀ ਬਿਮਾਰ ਨੇ ਬਾਬਾ ਜੀ ਇਬਰਾਹੀਮ, ਇਸੇ ਤਰ੍ਹਾਂ ਜਿਤਨੇ ਵੀ, ਅੱਲਾ ਸਾਰਿਆਂ ਨੂੰ ਸ਼ਿਫਾ ਅਤਾ ਫਰਮਾਏ। ਅੱਲਾ ਪਾਕ ਨੇ ਆਪਣੇ ਕੁਰਾਨ ਦੇ ਅੰਦਰ ਐਲਾਨ ਫਰਮਾਇਆ, ਯਾ ਅਯੂਹੱਲਜ਼ੀਨਾ ਆਮਨੁਸਤਾਈਨੂ ਬਿਸਬਰੀ ਵਸਲਾਤ, ਐ ਈਮਾਨ ਵਾਲਿਓ ਸਬਰ ਔਰ ਨਮਾਜ਼ ਦੇ ਨਾਲ ਮੰਗੋ। ਸਾਮਿਨ ਮੁਹਤਰਮ, ਇੱਕ ਨਮਾਜ਼, ਇੱਕ ਸਬਰ, ਇਹ ਦੋ ਚੀਜ਼ਾਂ ਮੋਮਨ ਦੇ ਹਥਿਆਰ ਨੇ, ਇਹ ਦੋ ਚੀਜ਼ਾਂ ਮੋਮਨ ਦੇ ਹਥਿਆਰ ਨੇ। ਕਲਮਾ ਤੋਹੀਦ ਤੋਂ ਬਾਅਦ ਸਭ ਨਾਲੋਂ ਅਹਿਮ ਰੁਕਨ ਨਮਾਜ਼ ਏ, ਔਰ ਤੋਹੀਦ ਸ਼ਿਰਕ ਦੀ ਜ਼ਿੱਦ ਏ। ਇੱਕ ਤਰਫ ਸ਼ਹੀਦ ਏ, ਉਹਦੇ ਉਲਟ ਸ਼ਿਰਕ ਏ। ਤੋਹੀਦ ਦੀ ਤਾਰੀਫ ਕੀ ਹੈ, ਤੋਹੀਦ ਦਾ ਮਾਨਾ ਕਿਆ ਹੈ? ਤੋਹੀਦ ਦਾ ਮਾਨਾ ਇਹ ਹੈ ਅੱਲਾ ਰੱਬੁਲ ਆਲਮੀਨ ਦੀ ਸਿਰਫ ਇਬਾਦਤ ਕਰਨਾ, ਉਹਦੀ ਇਕੱਲੇ ਦੀ ਇਬਾਦਤ ਕਰਨਾ, ਉਹਨੂੰ ਇੱਕ ਮੰਨਣਾ। ਹੁਣ ਦੂਸਰੀ ਤਰਫ ਆ ਗਿਆ ਸ਼ਿਰਕ। ਸ਼ਿਰਕ ਦਾ ਮਾਨਾ ਕਿਆ ਹੈ? ਅੱਲਾ ਰੱਬੁਲ ਆਲਮੀਨ ਤੋਂ ਇਲਾਵਾ ਕਿਸੇ ਹੋਰ ਦੀ ਇਬਾਦਤ ਉਸ ਤਰ੍ਹਾਂ ਨਾ ਕੀਤੀ ਜਾਏ ਜਿਸ ਤਰ੍ਹਾਂ ਅੱਲਾ ਪਾਕ ਦੀ ਇਬਾਦਤ ਕੀਤੀ ਜਾ ਰਹੀ ਹੈ। ਸਾਮਿਨ ਮੁਹਤਰਮ, ਸ਼ਿਰਕ ਇੱਕ ਐਸਾ ਕਬੀਰਾ ਗੁਨਾਹ ਹੈ ਜਿਹਨੂੰ ਕਰਨ ਦੇ ਨਾਲ, ਜਿਹਨੂੰ ਅਪਣਾਉਣ ਦੇ ਨਾਲ ਇਨਸਾਨ ਦੇ ਸਾਰੇ ਅਮਾਲ ਜ਼ਾਇਆ, ਬਰਬਾਦ ਹੋ ਜਾਂਦੇ ਨੇ। ਇਹ ਸ਼ਿਰਕ ਇੱਕ ਐਸਾ ਕਬੀਰਾ ਗੁਨਾਹ ਹੈ, ਇੱਕ ਐਸਾ ਖਤਰਨਾਕ ਗੁਨਾਹ ਹੈ। ਜਿਹੜਾ ਬੰਦਾ ਸ਼ਿਰਕ ਕਰਦਾ ਹੈ, ਅੱਲਾ ਦੀ ਜੰਨਤ ਉਸ ਬੰਦੇ 'ਤੇ ਹਰਾਮ ਹੋ ਜਾਂਦੀ ਹੈ ਅਤੇ ਜਹੰਨਮ ਹਲਾਲ ਹੋ ਜਾਂਦੀ ਹੈ। ਇਹ ਐਸਾ ਇਤਨਾ ਬੜਾ ਕਬੀਰਾ ਗੁਨਾਹ ਹੈ। ਹੁਣ ਮੋਮਿਨ ਬੰਦੇ ਕਿਹੜੇ ਨੇ? ਨਮਾਜ਼ ਪੜ੍ਹਨੇ ਵਾਲੇ, ਅੱਲਾ ਪਾਕ ਦੇ ਇਮਾਨਦਾਰ, ਅੱਲਾ ਪਾਕ ਦੇ ਮੋਮਿਨ ਬੰਦੇ ਨੇ। ਜਿਸ ਤਰ੍ਹਾਂ ਅੱਲਾ ਰੱਬੁਲ ਆਲਮੀਨ ਨੇ ਆਪਣੇ ਕੁਰਾਨ ਦੇ ਅੰਦਰ ਫਰਮਾਇਆ, ਸੂਰਤ ਇਬਰਾਹੀਮ, ਕੁੱਲੀ ਇਬਾਦੀ ਅੱਲਦੀਨ ਆਮਨੂ ਵਾਯੂ ਕੀ ਮੁਸਲਾਤਾ, ਐ ਪੈਗੰਬਰ ਜੀ, ਇਹਨਾਂ ਲੋਕਾਂ ਨੂੰ, ਮੇਰੇ ਇਮਾਨਦਾਰ ਬੰਦਿਆਂ ਨੂੰ ਕਹਿ ਦਿਓ ਨਮਾਜ਼ ਅਦਾ ਕਰਨ। ਹੁਣ ਇਸ ਕੁਰਾਨ ਦੀ ਆਇਓ ਤਾਂ ਪਤਾ ਹੀ ਚੱਲਿਆ ਹੈ ਅੱਲਾ ਦੇ ਇਮਾਨਦਾਰ ਮੋਮਿਨ ਬੰਦੇ ਉਹ ਨੇ ਜਿਹੜੇ ਨਮਾਜ਼ ਅਦਾ ਕਰਦੇ ਨੇ, ਤੇ ਫਿਰ ਉਹ ਤਾਂ ਮੋਮਨ ਨਾ ਨਾ ਹੋਏ ਜਿਹੜੇ ਨਮਾਜ਼ ਨਹੀਂ ਪੜ੍ਹਦੇ। ਅੱਲਾ ਪਾਕ ਨੇ ਆਪਣੇ ਕੁਰਾਨ ਦੇ ਅੰਦਰ ਫਰਮਾਇਆ, ਇਹ ਪੈਗੰਬਰ ਜੀ, ਮੇਰੇ ਬੰਦਿਆਂ ਨੂੰ ਕਹਿ ਦਿਓ ਨਮਾਜ਼ ਅਦਾ ਕਰਨ। ਆਕਾ ਅਲੈਹਿ ਸਲਾਤ ਵ ਸਲਾਮ ਨੇ ਫਰਮਾਇਆ, ਮੋਮਿਨ, ਕੁਫਰ, ਸ਼ਿਰਕ, ਤਿੰਨ ਚੀਜ਼ਾਂ ਨੇ, ਇਹਨਾਂ ਤਿੰਨਾਂ ਦੇ ਦਰਮਿਆਨ ਸਿਰਫ ਨਮਾਜ਼ ਦਾ ਫਰਕ ਹੈ। ਇੱਕ ਹਦੀਸ ਦੇ ਅੰਦਰ ਆਇਆ, ਆਕਾ ਅਲੈਹਿ ਸਲਾਤ ਵ ਸਲਾਮ ਨੇ ਫਰਮਾਇਆ, ਮੁਨਾਫਕਾਂ ਨਾਲ, ਮੋਮਿਨ ਔਰ ਮੁਨਾਫਿਕ ਦੇ ਦਰਮਿਆਨ ਜਿਹੜਾ ਅਹਿਦ ਹੈ ਉਹ ਨਮਾਜ਼ ਦਾ ਹੈ, ਤੇ ਫਿਰ ਜਿਹੜਾ ਬੰਦਾ ਨਮਾਜ਼ ਨਹੀਂ ਪੜ੍ਹਦਾ ਉਹ ਤਾਂ ਮੁਨਾਫਕ ਹੋਇਆ। ਆਕਾ ਅਲੈਹਿ ਸਲਾਤ ਵ ਸਲਾਮ ਨੇ ਫਰਮਾਇਆ, ਜਿਹੜਾ ਬੰਦਾ ਨਮਾਜ਼ ਨਹੀਂ ਪੜ੍ਹਦਾ, ਨਮਾਜ਼ ਔਰ ਸ਼ਿਰਕ ਦੇ ਦਰਮਿਆਨ ਨਮਾਜ਼ ਦਾ ਫਰਕ ਹੈ, ਜਿਹੜਾ ਬੰਦਾ ਨਮਾਜ਼ ਨਹੀਂ ਪੜ੍ਹਦਾ ਉਹਨੇ ਸ਼ਿਰਕ ਕੀਤਾ। ਇਹ ਨਮਾਜ਼ ਕਲਮਾ ਤੋਹੀਦ ਤੋਂ ਬਾਅਦ ਦੂਸਰਾ ਅਹਿਮ ਰੁਕਨ ਹੀ ਨਮਾਜ਼ ਹੈ। ਸਾਡਾ ਮੇਨ ਮਕਸਦ ਵੀ ਨਮਾਜ਼ ਹੈ, ਜਿਹਦੇ ਵਾਸਤੇ ਅੱਲਾ ਨੇ ਸਾਨੂੰ ਪੈਦਾ ਕੀਤਾ ਹੈ। ਭਾਈਓ, ਅੱਲਾ ਰੱਬੁਲ ਆਲਮੀਨ ਦੇ ਨਜ਼ਦੀਕ ਇਨਸਾਨ ਉਦੋਂ ਹੁੰਦਾ ਹੈ ਜਦੋਂ ਸਜਦੇ ਦੀ ਹਾਲਤ ਦੇ ਅੰਦਰ ਹੋਏ, ਅਤੇ ਸਜਦਾ ਕਿਉਂ ਕਰੀਦਾ? ਜਦੋਂ ਆਪਾਂ ਨਮਾਜ਼ ਪੜ੍ਹੀ ਦੀ, ਔਰ ਇਨਸਾਨ ਨਮਾਜ਼ ਦੇ ਅੰਦਰ ਹੀ ਤਾਂ ਅੱਲਾ ਪਾਕ ਦੇ ਨਾਲ ਗੱਲਾਂ ਕਰਦਾ। ਇਨਸਾਨ ਆਇਆ, ਨਮਾਜ਼ ਸ਼ੁਰੂ ਕੀਤੀ, ਅੱਲਾਹੁ ਅਕਬਰ ਪੜ੍ਹਦਾ, ਅਲਹਮਦੁਲਿਲਾਹ ਰੱਬਿਲ ਆਲਮੀਨ, ਅੱਲਾ ਪਾਕ ਇੰਨੇ ਖੁਸ਼ ਹੁੰਦੇ ਨੇ, ਅੱਲਾ ਆਉਂਦੇ ਨੇ, ਮੇਰੇ ਫਰਿਸ਼ਤਿਓ ਗਵਾਹ ਹੋ ਜਾਓ, ਹਾਮੀਦਾ ਨੀ ਅਬਦੀ, ਮੇਰੇ ਬੰਦੇ ਨੇ ਮੇਰੀ ਤਾਰੀਫ ਕੀਤੀ। ਇਸੇ ਵਾਸਤੇ ਭਾਈਓ, ਤੁਹਾਨੂੰ ਮੈਨੂੰ ਚਾਹੀਦਾ ਨਮਾਜ਼ ਦੀ ਪਾਬੰਦੀ ਕਰੀਏ, ਬਾ ਜਮਾਤ ਨਮਾਜ਼ ਅਦਾ ਕਰੀਏ। ਆਓ ਨਜ਼ਰ ਅੱਲਾ ਪਾਕ ਦਾ ਕੁਰਾਨ ਸਿਮਾਤ ਫਰਮਾਨਾ। ਅੱਲਾ ਪਾਕ ਨੇ ਆਪਣੇ ਕੁਰਾਨ ਦੇ ਅੰਦਰ ਇਨਾਂ ਨੂੰ ਫਰਮਾਇਆ, ਕੁੱਲੀ ਇਬਾਦੀ ਅੱਲਦੀਨਾ ਆਮਨੂ ਵਯੁਕੀਮੂ ਸਲਾਤਾ। ਅੱਲਾ ਪਾਕ ਨੇ ਆਪਣੇ ਕੁਰਾਨ ਦੇ ਅੰਦਰ ਇਨਾਂ ਫਰਮਾਇਆ, ਸੂਰਤ ਇਬਰਾਹੀਮ ਨਾਲ, ਅੱਲਾ ਫਰਮਾਉਂਦੇ ਨੇ, ਪੈਗੰਬਰ, ਮੇਰੇ ਇਮਾਨਦਾਰ ਬੰਦਿਆਂ ਨੂੰ ਕਹਿ ਦਿਓ ਨਾਲ, ਮੇਰੇ ਮੋਮਿਨ ਬੰਦਿਆਂ ਨੂੰ ਕਹਿ ਦਿਓ ਨਮਾਜ਼ ਅਦਾ ਕਰਨ ਨਾਲ। ਦੂਸਰੀ ਜਗ੍ਹਾ ਅੱਲਾ ਪਾਕ ਨੇ ਆਪਣੇ ਕੁਰਾਨ ਦੇ ਅੰਦਰ ਫਰਮਾਇਆ, ਯਾ ਅਯੂਹੱਲਜ਼ੀਨਾ ਆਮਨੁਸਤਾਈਨੂ ਬਿਸਬਰੀ ਵਸਲਾਤ,
وقت آ نظرہ ہن آکالی سلات و سلام دیکھ حدیث سماد فرمان دے جانا اللہ پاک نے جدو اپنے نبی جناب محمد رسول اللہ صلی اللہ علیہ وسلم نو معراج تے بلایا آسمان دی سیر کروائی ہے اللہ پاک نے اپنے نبی نو تین چیزاں عطا کیتیاں تحفہ دتا ہے نا پہلی چیز کیڑی ہے اللہ پاک نے اپنے محبوب علیہ السلام نو پہلا تحفہ سورت بقرہ دی آخری دو آیات دتیاں نے مسلمان انہاں دی بہت زیادہ فضیلت ہے دوسرا تحفہ کیڑا ہے اللہ پاک نے اپنے محبوب علیہ السلام نو پانچ نمازاں عطا کیتیاں تحفہ دتا ہے اور پانچ نمازاں جڑیاں تیرے تے میرے تے فرض نے مسلمان پانچ نمازاں دی حفاظت کرنا تیرے تے میرے تے فرض ہے نا پانچ وقت دی نماز ادا کرنی ہے اللہ پاک دے گھر دے اندر آنے پانچ وقت دی نماز ادا کرنی ہے تیسرا تحفہ کیڑا ہے ہر اور مسلمان دی مغفرت ہے جڑا شرک تو پاک جنہیں اللہ پاک دے نال شرک نہیں کیتا شرک جیسی گندگی تو پاک اللہ پاک ایسے بندے نو بخش دین گے ایسے بندے دے واسطے مغفرت بیان کر چکے ہیں شرک دا معنی جو بھی ہوئے اللہ پاک تو علاوہ کسے ہور دی عبادت کیتی جائے او شرک ہے عبادت چاہے نماز ہوئے او چاہے نظر و نیاز ہوئے او چاہے دعا ہوئے مسلمان نہ چاہے روزہ ہوئے او چاہے قبراں دیاں زیارتاں کیتیاں جان قبراں دا طواف کیتا جائے او چاہے غیر اللہ دے نام تے قربانی کیتی جائے جیڑا بھی گناہ اللہ جیڑا بھی جیڑی بھی عبادت اللہ پاک تو علاوہ کسے دی کیتی جائے او شرک ہے مثال دے طور تے اپا اللہ پاک دے سامنے سجدہ کرنے آ اے کوئی سجدہ سی کسے اور دے سامنے کریے گویا سی انو اللہ پاک دے برابر کرنے آ اللہ پاک دے نال انو برابر ٹھہرا رہے آ حالانکہ سجدہ صرف ایک اللہ دے واسطے آ عبادت صرف ایک اللہ پاک دی آنا مسلمان میرا عنوان بے نمازی دا انجام توجہ فرمانا آقا علیہ الصلوۃ والسلام نے فرمایا مینوں پنج نمازاں عطا کیتیاں گئیاں نے جڑیاں مسلمان توڑے دے فرد نماز ایک ایسی عبادت ہے جندے اندر انسان اپنے اللہ پاک دے قریب ہوندا ہے اللہ پاک دے نال گلاں کردا ہے اللہ پاک دی اطاعت اللہ پاک دی شکر گزاری نال آنا مسلمان نال اللہ پاک نے اپنے قرآن دے اندر فرمایا او لوگو نمازاں دی حفاظت کریا کرو بالخصوص درمیان والی نماز اللہ پاک نے اپنے قرآن دے اندر فرمایا سورۃ البقرہ حافظو علی الصلوات والصلاة الوسطی وقوموا للہ قانتین اللہ پاک نے اپنے قرآن دے اندر اعلان فرمایا او لوگوں نمازاں پڑھیا کرو بالخصوص درمیان والی نماز کیڑی اثر دی نماز جنوں صلاۃ الوسطی کیا گیا ہے نا اللہ فرماندے نے ساریاں نمازاں دی حفاظت کرنی ہے لیکن اثر دی نماز دی حفاظت زیادہ کرنی ہے ایک حدیث پاک دے اندر آیا آقا علیہ الصلاۃ والسلام نے فرمایا جس بندے دی اثر دی نماز رہ گئی جس بندے نے اثر دی نماز نہ پڑھی کانما وہ تیرا اغلو و مالو آقا علیہ الصلاۃ والسلام نے فرمایا اوندے اہل و عیال اوندا مال اوندی ہر چیز غرق ہو گئی آقا علیہ الصلاۃ والسلام نے فرمایا دوسری حدیث ہے جس بندے دی اثر دی نماز رہ گئی اوندے مال برباد ہو جان گے
ऐसे वासे लोग असर दी नमाज ही ज्यादा इबादत करनी है। आका ने सलात व सलाम नु जदों कोई अहम मामला पेश आंदा, आका ने सलात व सलाम जदों कोई बुरी खबर सुनदे, आका ने सलात व सलाम नमाज पढ़िया करदे और लोग आका ने सलात व सलाम सजदे दे अंदर गिर जांदे। ऐसे वासे जदों अल्लाह पाक कोई खुशी दे नाल नमाज सजदा शुक्र करया करो, जो मुसलमान ना तेरे ते तकलीफ आए टेंशन आए मुसीबत आए अल्लाह दे सामने सजदे दे अंदर गिर जाओ। लोगों मेरा ईमान है इंसान दी हर परेशानी हर तकलीफ दुख दर्दी दूर हो जाएंगे। नमाज एक ऐसी राहत है, नमाज पढ़न दे नाल लोगों सुकून ही बड़ा आंदा है ना। आ मेरे नबी अलैहिस्सलात व सलाम ने फरमाया ओ लोगों नमाज पढ़िया करो, आका अलैहिस्सलात व सलाम जदों नमाज वास्ते उठदे अपने घर वालियां नूं भी उठाया करदे। जिस तरह अल्लाह पाक दे नबी इस्माईल अलैहिस्सलात व सलाम अपने घर वालियां नूं नमाज पढ़न दा हुक्म देंदे नाल अल्लाह पाक ने अपने कुरान दे अंदर ऐलान फरमाया वकाना या उमर अखलहु बिस्सलाति वज़्ज़काति। जनाब इस्माईल अलैहिस्सलातु वस्सलाम अपने घर वालियां नूं नमाज पढ़न दा हुक्म देंदे सन। अल्लाह पाक दे खलील पैगंबर जनाब इब्राहिम अलैहिस्सलातु वस्सलाम अपनी औलाद वास्ते दुआ कर रहे ने रब्बी जालनी मुकीम सलाती व मिन ज़ुर्रियती रब्बाना व तकब्बल दुआ। जनाब इब्राहिम अलैहिस्सलात व सलाम अल्लाह पाक दे कोलो की दुआ कर रहे ने अल्लाह सोनिया मेरी औलाद नू नमाज दा पाबंद बना दे। अज दा नौजवान अपनी औलाद वास्ते दुआ करे अल्लाह जी इहनू MPA बना दे MNA बना दे फला मुलाजम लगवा दे। ओ सोनिया जिस तरह जनाब इब्राहिम अलैहिस्सलात व सलाम अल्लाह पाक दे कोलो दुआ कर रहे ने अल्लाह जी मेरी औलाद नू नमाज दा पाबंद बना दे, तुसी ते मैं अपनी औलादा वास्ते क्यों दुआ नहीं कर सकदे। हालांकि अल्लाह दे नबी इब्राहिम सन जो मंगदे अल्लाह ने अता कर देना से, लेकिन की मंगिया अल्लाह सोनिया मेरी औलाद नू 5 वक्त दा नमाजी बना दे नमाज दा पाबंद बना दे। ऐसे वास्ते ओ लोग अल्लाह पाक कोल दुआ करया करो या अल्लाह मेरे करीम अल्लाह अल्लाह सोनिया मेरे घर वालिया नू अल्लाह जी मेरी औलाद नू अल्लाह सोनिया मेनू सानू नमाजी बना दे। मुसलमानो दुआ करया करो, आका ने सलात व सलाम फरमांदे ने थोड़िया औलाद थोड़ी औलाद जदों बालग हो जाए 7 साल दी उम्र नू पहुंच जाए उन्हां नू नमाज पढ़ने दा हुक्म देओ। जदों 10 साल दी उम्र नू पहुंच जाने उन्हां ते सख्ती करो, उन्हां नू मार के मस्जिद दे अंदर लै के जाओ। जदों 7 साल दी उम्र नू पहुंच जाण उस टाइम हुक्म देना है, जदों 10 साल दी उम्र नू पहुंच जाण उन्हां नू मारो। साडे कुछ उस्ताद सन क्या करदे सन, बेटा जड़ियां आदतां बचपन दे अंदर पै जाण ओह वड्डे होण तक फौत होण तक खत्म नहीं होंदियां। इस तरह ही है जी, अगर तुसी अपनी औलाद नू सीधे रस्ते ते लाओगे आखिर तक वह सीधे रस्ते ते लगी रहेगी। अगर तुसी अपनी औलाद की गलत तरबियत करोगे वह गलत रस्ता इख्तियार करेगी। बाप नमाजी ना होए अपनी औलाद नू कवे, मिसाल दे तौर ते बाप बिस्तर ते बैठा होया अपनी औलाद नू कवे जाओ तुसी नमाज पढ़ के आओ, उस बाप की नसीहत का की असर होएगा उनकी औलाद ते। जो बाप खुद ही नहीं नमाजी, बाप खुद ही नमाज नहीं पढ़ने वाला, बेहतर तरीका है या बाप मस्जिद के अंदर जाए अपने बच्चों नू लेके जाओ, आओ मेरे बेटे हो नमाज पढ़न चलिए। बच्चे भी जानगे यार साडा बाप भी जा रहा है। अगर बाप खुद ही नमाज नहीं पढ़ेगा तो बच्चे किस तरह जानगे। इसे वास्ते छोटे होंदिया अपने बच्चों नू मस्जिद ही लै मस्जिद की तरफ लैके आओ। वेखदे हो जो कोई बंदा नमाज पढ़ता बच्चों की कॉपी करते हैं, उन्होंने देख के हर काम करते हैं, जो बाप करता उ बच्चे करते हैं। लेकिन साढ़े इतने रवाज है कोई बच्चा मस्जिद के अंदर आ जाए असी जनाब उनकी बेइज्जती करने वाले हो जी ये बच्चा आने लगा, गलत तरीका है यार। कोई गल नहीं, बच्चा आएगा देख के नमाज पढ़ेगा उनका फायदा होएगा, वड्डे होने तक उनकी उही आदत रहेगी, रूटीन उनकी उही रहेगी।
ਜਦੋਂ ਨਮਾਜ਼ ਪੜ੍ਹਨ ਹੀ ਨਹੀਂ ਆਏਗਾ ਤੇ ਫਿਰ ਉਹਦੀ ਰੂਟੀਨ ਕੀ ਬਣੇਗੀ। ਇਸੇ ਵਾਸਤੇ ਜਦੋਂ ਮਸਜਿਦ ਦੇ ਅੰਦਰ ਆਓ, ਇੱਕ ਇੱਕ ਸਾਥੀ ਲਈ ਆਓ, ਆਪਣੀ ਔਲਾਦਾਂ ਨੂੰ ਲੈ ਕੇ ਆਓ, ਆਓ ਬੱਚੋ ਨਮਾਜ਼ ਪੜ੍ਹਨੇ ਚਲੀਏ। ਆਕਾ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ, ਆਪਣੇ ਔਲਾਦ ਨੂੰ ਨਮਾਜ਼ ਦਾ ਹੁਕਮ ਦਿਓ। ਤੁਸੀਂ ਰਸਤੇ ਦੇ ਅੰਦਰ ਆ ਰਹੇ ਹੋ, ਤੁਹਾਡਾ ਕੋਈ ਭਾਈ ਮੁਸਲਮਾਨ ਤੁਹਾਨੂੰ ਮਿਲਿਆ, ਉਹਦੇ ਨਾਲ ਸਲਾਮ ਲਵੋ, ਉਹਨੂੰ ਕਹੋ ਭਾਈ ਆਓ ਨਮਾਜ਼ ਪੜ੍ਹਨ ਚਲੀਏ। ਹੁਣ ਤੁਸੀਂ ਕਿਹਾ ਤਾਂ ਤੁਹਾਨੂੰ ਕੀ ਮਿਲੇਗਾ? ਆਕਾ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ, ਇੱਕ ਬੰਦਾ ਆ ਰਿਹਾ, ਉਹਨੇ ਆਣ ਕੇ ਦੂਸਰੇ ਭਾਈ ਨੂੰ ਨਮਾਜ਼ ਦੀ ਦਾਵਤ ਦਿੱਤੀ ਹੈ, ਉਸ ਭਾਈ ਨੇ ਨਮਾਜ਼ ਪੜ੍ਹੀਏ ਜਾਂ ਨਹੀਂ ਪੜ੍ਹੀ, ਉਹਦੀ ਨਮਾਜ਼ ਦਾ ਤੁਹਾਨੂੰ ਸਵਾਬ ਮਿਲ ਜਾਏਗਾ। ਕਿੰਨਾ ਫਾਇਦਾ, ਡਬਲ ਨਮਾਜ਼ ਦਾ ਸਵਾਬ ਮਿਲ ਗਿਆ। ਆਓ ਜ਼ਰਾ ਅੱਲਾਹ ਪਾਕ ਦਾ ਕੁਰਾਨ ਸਿਮਾਤ ਫਰਮਾਨਾ। ਅੱਲਾਹ ਪਾਕ ਨੇ ਆਪਣੇ ਕੁਰਾਨ ਦੇ ਅੰਦਰ ਐਲਾਨ ਫਰਮਾਇਆ, ਯਾ ਅਯੂਹੱਲਜ਼ੀਨਾ ਆਮਨੂ ਸਾਈਨੂ ਬਿਸਬਰੀ ਵਸਲਾਤ। ਉਹ ਲੋਗੋ ਸਬਰ ਵੀ ਕਰੋ, ਲੋਗੋ ਨਮਾਜ਼ ਵੀ ਪੜਿਆ ਕਰੋ ਨਾ, ਜਿਸ ਤਰ੍ਹਾਂ ਅਕਾਲੀ ਸਲਾਤ ਵਸਲਾਮ ਨੇ ਫਰਮਾਇਆ, ਮੁਸਲਮਾਨਾਂ ਤੇ ਪੰਜ ਵਕਤ ਦੀ ਨਮਾਜ਼ ਫਰਜ਼। ਹਰ ਮੁਸਲਮਾਨ ਨੂੰ ਚਾਹੀਦਾ ਪੰਜ ਵਕਤ ਦੀ ਨਮਾਜ਼ ਅਦਾ ਕਰੇ, ਚਾਹੇ ਸਫ਼ਰ ਦੀ ਹਾਲਤ ਦੇ ਅੰਦਰ ਹੋਏ, ਚਾਹੇ ਜੰਗ ਦੀ ਹਾਲਤ ਦੇ ਅੰਦਰ ਹੋਏ, ਜਿਸ ਹਾਲਤ ਦੇ ਅੰਦਰ ਵੀ ਹੋਏ, ਮੁਸਲਮਾਨ ਨੂੰ ਚਾਹੀਦਾ ਨਮਾਜ਼ ਪੜ੍ਹ ਲਏ। ਅਗਰ ਬਿਮਾਰ ਨਮਾਜ਼ ਨਹੀਂ ਪੜ੍ਹ ਸਕਦਾ, ਬੈਠ ਕੇ ਪੜ੍ਹ ਲਵੇ, ਅਗਰ ਬੈਠ ਕੇ ਨਹੀਂ ਪੜ੍ਹ ਸਕਦਾ ਲੇਟ ਕੇ ਪੜ੍ਹ ਲਵੇ, ਜ਼ਿਆਦਾ ਐਮਰਜੈਂਸੀ ਬੰਦਾ ਖੜ੍ਹਾ ਨਹੀਂ ਹੋ ਸਕਦਾ, ਲੇਟ ਕੇ ਨਮਾਜ਼ ਪੜ੍ਹ ਸਕਦਾ ਹੈ। ਉਹ ਲੋਕੋ ਹਰ ਹਾਲ ਦੇ ਅੰਦਰ ਨਮਾਜ਼ ਪੜ੍ਹਨੀ ਹੈ, ਅੱਲਾ ਪਾਕ ਨੂੰ ਰਾਜ਼ੀ ਕਰਨਾ ਹੈ, ਕਿਉਂਕਿ ਦੂਸਰਾ ਰੁਕਾ ਨਹੀਂ ਨਮਾਜ਼ ਹੈ। ਕਿਆਮਤ ਵਾਲੇ ਦਿਨ ਸਭ ਨਾਲੋਂ ਪਹਿਲਾਂ ਸਵਾਲ ਵੀ ਨਮਾਜ਼ ਦੇ ਬਾਰੇ ਹੋਏਗਾ। ਜਦੋਂ ਇਨਸਾਨ ਪਹਿਲੇ ਸਵਾਲ ਦੇ ਅੰਦਰ ਹੀ ਫੇਲ ਹੋ ਜਾਏਗਾ, ਅੱਗੇ ਕਾਮਯਾਬੀ ਕਿਸ ਤਰ੍ਹਾਂ ਮਿਲੇਗੀ? ਉਹ ਲੋਕੋ ਤਵੱਜੋ ਰੱਖਣਾ, ਅੱਲਾ ਪਾਕ ਦੇ ਮਹਿਬੂਬ ਅਲੈਹਿ ਸਲਾਤੁ ਵਸਲਾਮ ਸਾਡੇ ਵਾਸਤੇ ਬਿਹਤਰੀਨ ਨਮੂਨਾ ਨੇ। ਆਕਾ ਅਲੈਹਿ ਸਲਾਤੁ ਵਸਲਾਮ ਨੇ ਸਾਡੇ ਵਾਸਤੇ ਅਹਾਦੀ ਛੱਡੀਆਂ ਨੇ, ਤਾਂ ਕਿ ਮੋਮਿਨ ਬੰਦੇ ਉਹਨਾਂ ਤੇ ਅਮਲ ਕਰਨ। ਹੁਣ ਮੋਮਿਨ ਬੰਦਾ ਉਹ ਹੈ ਜਿਹੜਾ ਨਮਾਜ਼ਾਂ ਪੜ੍ਹਨੇ ਵਾਲੇ, ਜਿਹੜਾ ਨਮਾਜ਼ ਦੀ ਪਾਬੰਦੀ ਕਰਨੇ ਵਾਲੇ। ਆ ਮੇਰੇ ਨਬੀ ਅਲੈਹਿ ਸਲਾਤੁ ਵਸਲਾਮ ਦਾ ਸਿਆਮ ਸੈਯਦੁਨਾ ਅਬੂ ਹੁਰੈਰਾ ਰਜ਼ੀ ਅੱਲਾਹੁ ਤਾਲਾ ਨੂੰ ਬਿਆਨ ਕਰਦੇ ਨੇ, ਕਾਇਨਾਤ ਦੇ ਇਮਾਮ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ, ਉਹ ਮੇਰੇ ਸਿਹਾਬੀਓ ਮੈਨੂੰ ਦੱਸੋ ਨਾ, ਇੱਕ ਬੰਦਾ ਹੋਏ ਉਹਦੇ ਘਰ ਦੇ ਸਾਹਮਣੇ ਨਹਿਰ ਚੱਲਣੀ ਹੋਵੇ, ਉਹ ਬੰਦਾ ਦਿਨ ਦੇ ਅੰਦਰ ਪੰਜ ਮਰਤਬਾ ਉਹਦੇ ਅੰਦਰ ਗੁਸਲ ਕਰੇ, ਕਿਆ ਉਹਦੇ ਜਿਸਮ ਤੇ ਮੈਲ ਕੁਚੈਰ ਰਹੇਗੀ? ਸਿਹਾਬਾ ਇਕਰਾਮ ਕਹਿਣ ਲੱਗੇ, ਨਹੀਂ ਅੱਲਾ ਦੇ ਨਬੀ ਜੀ। ਆਕਾ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ, ਇਹ ਕੋਈ ਮਿਸਾਲ ਉਸ ਬੰਦੇ ਦੀ ਹੈ ਜਿਹੜਾ ਬੰਦਾ ਪੰਜ ਵਕਤ ਦੀ ਨਮਾਜ਼ ਪੜ੍ਹਦਾ, ਅੱਲਾ ਉਹਦੇ ਸਾਰੇ ਗੁਨਾਹ ਹੀ ਮਿਟਾ ਦਿੰਦੇ ਨੇ। ਕਿੰਨਾ ਫਾਇਦਾ ਹੈ ਨਮਾਜ਼ ਪੜ੍ਹਨ ਦਾ? ਪੰਜ ਵਕਤ ਦੀ ਨਮਾਜ਼ ਪੜ੍ਹੋ, ਅੱਲਾ ਪਾਕ ਸਾਰੇ ਗੁਨਾਹ ਹੀ ਮੁਆਫ ਕਰ ਦੇਣਗੇ, ਸਾਰੇ ਗੁਨਾਹ ਹੀ ਮਿਟਾ ਦੇਣਗੇ। ਮੁਸਲਮਾਨਾਂ, ਜਦੋਂ ਇਨਸਾਨ ਨਮਾਜ਼ ਪੜ੍ਹਦਾ ਹੈ, ਹਰ ਕਿਸਮ ਦੀ ਬੁਰਾਈ ਤੋਂ ਦੂਰ ਰਹਿੰਦਾ ਹੈ, ਹਰ ਕਿਸਮ ਦੀ ਬੁਰਾਈ ਤੋਂ ਦੂਰ ਰਹਿੰਦਾ ਹੈ। ਅੱਲਾ ਪਾਕ ਨੇ ਆਪਣੇ ਕੁਰਾਨ ਦੇ ਅੰਦਰ ਫਰਮਾਇਆ, ਉਤਲੂ ਮਾ ਊਹੀਆ ਇਲੈਕਾ ਮਿਨਲ ਕਿਤਾਬ ਵਾ ਅਕੀਮਿਸ ਸਲਾਤ ان الصلاه تنهى عن الفحشاء والمنكر ولذكر الله اكبر والله يعلم ما تصنعون। نماز بے حیائی برے کماں تو روک دیے۔ ਕਦੀ ਐਸਾ ਹੋਇਆ ਇਨਸਾਨ ਅੱਲਾ ਪਾਕ ਦਾ ਜ਼ਿਕਰ ਕਰੇ, ਜ਼ਿਹਨ ਦੇ ਅੰਦਰ ਕੋਈ ਗਲਤ ਖਿਆਲ ਆ ਜਾਏ? ਐਸਾ ਹੋ ਹੀ ਨਹੀਂ ਸਕਦਾ। ਮੁਸਲਮਾਨਾਂ, ਜਦੋਂ ਬੰਦਾ ਅੱਲਾ ਪਾਕ ਦੇ ਨਾਲ ਜੁੜ ਜਾਂਦਾ ਹੈ, ਉਹ ਹਰ ਬੁਰਾਈ, ਹਰ ਗੁਨਾਹ, ਹਰ ਹਰਾਮ ਕੰਮ ਤੋਂ ਦੂਰ ਹੋ ਜਾਂਦਾ ਹੈ, ਅੱਲਾ ਪਾਕ ਦਾ ਬੰਦਾ ਬਣ ਜਾਂਦਾ ਹੈ। ਇਸੇ ਵਾਸਤੇ ਮੁਸਲਮਾਨੋ, ਨਮਾਜ਼ ਪੜ੍ਹਿਆ ਕਰੋ, ਪੰਜ ਵਕਤ ਦੀ ਨਮਾਜ਼ ਪੜ੍ਹਿਆ ਕਰੋ। ਪੰਜ ਵਕਤ ਦੀ ਨਮਾਜ਼ ਤੁਸੀਂ ਪੜ੍ਹੋਗੇ, ਅੱਲਾ ਤੁਹਾਡੇ ਗੁਨਾਹ ਵੀ ਮਿਟਾ ਦੇਵੇਗਾ, ਅੱਲਾ ਤੁਹਾਨੂੰ ਬੁਰਾਈਆਂ ਤੋਂ ਵੀ ਦੂਰ ਕਰ ਦੇਵੇਗਾ। ਨਮਾਜ਼ ਦਾ ਕਿੰਨਾ ਫਾਇਦਾ ਹੈ! ਆਕਾ ਅਲੈਹਿ ਸਲਾਤੁ ਵਸਲਾਮ ਦਾ ਸਿਹਾਬੀ ਸੈਯਦੁਨਾ ਅਬੂ ਮੂਸਾ ਰਜ਼ੀ ਅੱਲਾਹੁ ਤਾਲਾ ਨੂੰ ਬਿਆਨ ਕਰਦੇ ਨੇ, ਕਾਇਨਾਤ ਦੇ ਇਮਾਮ ਅਲੈਹਿ ਸਲਾਤੁ ਵਸਲਾਮ ਨੇ ਫਰਮਾਇਆ, ਜਿਹੜੇ ਬੰਦੇ ਨੇ ਦੋ ਠੜੀਆਂ ਨਮਾਜ਼ਾਂ ਦੀ ਹਿਫਾਜ਼ਤ ਕੀਤੀ, ਜੰਨਤ ਦੇ ਅੰਦਰ ਜਾਏਗਾ।
ਕਿਹੜੀਆਂ ਦੋ ਠੰਡੀਆਂ ਨਮਾਜ਼ਾਂ? ਆਕਾ ਅਲੈ ਸਲਾਤ ਵ ਸਲਾਮ ਨੇ ਫਰਮਾਇਆ, ਪਹਿਲੀ ਨਮਾਜ਼ ਫਜਰ ਦੀ ਨਮਾਜ਼, ਆਕਾ ਅਲੈ ਸਲਾਤ ਵ ਸਲਾਮ ਨੇ ਫਰਮਾਇਆ ਦੂਸਰੀ ਨਮਾਜ਼ ਅਸਰ ਦੀ ਨਮਾਜ਼। ਜਿਹੜਾ ਬੰਦਾ ਕਾਲੀ ਸਲਾਮ ਨੇ ਫਰਮਾਇਆ ਇਹਨਾਂ ਦੀ ਹਿਫਾਜ਼ਤ ਕਰ ਲਵੇਗਾ, ਐਸਾ ਬੰਦਾ ਜੰਨਤ ਦੇ ਅੰਦਰ ਜਾਵੇਗਾ। ਮੁਸਲਮਾਨ ਅੱਲਾਹ ਪਾਕ ਨੇ ਆਪਣੇ ਕੁਰਾਨ ਦੇ ਅੰਦਰ ਐਲਾਨ ਫਰਮਾਇਆ, ਵਜ਼ਕਰ ਅਸਮਾ ਰੱਬੀ ਫਸੱਲਾ। ਅੱਲਾਹ ਪਾਕ ਨੇ ਆਪਣੇ ਕੁਰਾਨ ਦੇ ਅੰਦਰ ਫਰਮਾਇਆ, ਨਮਾਜ਼ ਬਿਹਤਰੀਨ ਹੱਲ ਹਰ ਮੁਸ਼ਕਿਲ ਦਾ, ਹਰ ਪਰੇਸ਼ਾਨੀ ਦਾ। ਉਹ ਲੋਕੋ ਨਮਾਜ਼ ਪੜੋਗੇ ਹਰ ਪਰੇਸ਼ਾਨੀ ਹਰ ਦੁੱਖ ਤੁਹਾਡੇ ਤੋਂ ਦੂਰ ਚਲਾ ਜਾਵੇਗਾ। ਆਕਾ ਅਲੈਹਿ ਸਲਾਤ ਵ ਸਲਾਮ ਦਾ ਸਿਆਬੇ ਸੈਯਦਨਾ ਜੁਨਬ ਬਿਨ ਸੁਫਿਆਨ ਰਜ਼ੀ ਅੱਲਾਹੁ ਤਾਲਾ ਅਨਹੁ ਬਿਆਨ ਕਰਦੇ ਨੇ, ਕਾਇਨਾਤ ਦੇ ਇਮਾਮ ਅਲੈਹਿ ਸਲਾਤ ਵ ਸਲਾਮ ਨੇ ਫਰਮਾਇਆ, ਜਿਹੜਾ ਬੰਦਾ ਨਮਾਜ਼ ਪੜ੍ਹਨੇ ਵਾਸਤੇ ਆਉਂਦਾ ਹੈ, ਮਸਜਿਦ ਦੇ ਅੰਦਰ ਆਉਂਦਾ ਹੈ, ਆਣ ਕੇ ਨਮਾਜ਼ ਅਦਾ ਕਰਦਾ ਹੈ, ਨਮਾਜ਼ ਮੁਕੰਮਲ ਹੋਣ ਤੋਂ ਬਾਅਦ ਆਪਣੀ ਜਗ੍ਹਾ ਤੇ ਬੈਠਾ ਰਹਿੰਦਾ ਹੈ, ਅੱਲਾਹ ਪਾਕ ਦੇ ਫਰਿਸ਼ਤੇ ਉਸ ਬੰਦੇ ਦੇ ਵਾਸਤੇ ਦੁਆ ਕਰਿਆ ਕਰਦੇ ਨੇ। ਕਿਹੜੀ ਦੁਆ? ਅੱਲਾਹੁਮਮਾ ਫਿਰ ਲਾਗੂ, ਅੱਲਾਹੁਮਮਾ ਰਹਿਮੂ, ਅੱਲਾਹ ਸੋਹਣਿਆ ਇਹਦੇ ਤੇ ਰਹਿਮ ਫਰਮਾ, ਇਹਨੂੰ ਬਖਸ਼ ਦੇ। ਕਦੋਂ ਤੱਕ ਦੁਆ ਕਰਦੇ ਰਹਿੰਦੇ ਨੇ? ਜਦ ਤੱਕ ਉਹ ਬੰਦਾ ਆਪਣੀ ਜਗ੍ਹਾ ਤੋਂ ਉੱਠ ਨਹੀਂ ਜਾਂਦਾ, ਜਾਂ ਜਦ ਤੱਕ ਉਹ ਬੰਦਾ ਬੇਵੁਜ਼ੂ ਨਹੀਂ ਹੋ ਜਾਂਦਾ। ਅੱਲਾਹ ਪਾਕ ਦੇ ਫਰਿਸ਼ਤੇ ਉਸ ਬੰਦੇ ਦੇ ਵਾਸਤੇ ਦੁਆ ਕਰਦੇ ਰਹਿੰਦੇ ਨੇ। ਉਹ ਲੋਕੋ ਹੋਰ ਕੀ ਚਾਹੀਦਾ ਹੈ? ਅੱਲਾਹ ਪਾਕ ਦੇ ਫਰਿਸ਼ਤੇ ਤੇਰੇ ਵਾਸਤੇ ਦੁਆ ਕਰ ਰਹੇ ਨੇ। ਆਕਾ ਅਲੈਹਿ ਸਲਾਤ ਵ ਸਲਾਮ ਦਾ ਸਿਆਬੀ ਸੈਯਦਨਾ ਅਬੂ ਸਾਈਦ ਖੁਦਰੀ ਰਜ਼ੀ ਅੱਲਾਹੁ ਤਾਲਾ ਅਨਹੁ ਬਿਆਨ ਕਰਦੇ ਨੇ, ਕਾਇਨਾਤ ਦੇ ਇਮਾਮ ਅਲੈਹਿ ਸਲਾਤ ਵ ਸਲਾਮ ਨੇ ਫਰਮਾਇਆ, ਜਿਸ ਬੰਦੇ ਨੂੰ ਤੁਸੀਂ ਬਾਰ ਬਾਰ ਆਉਂਦਾ ਜਾਂਦਾ ਮਸਜਿਦ ਦੇ ਅੰਦਰ ਵੇਖੋ, ਉਹਦੇ ਇਮਾਨ ਦੀ ਗਵਾਹੀ ਦੇ ਦਿਓ ਕਿ ਬੰਦਾ ਮੂਮੀਨ ਹੈ। ਕਿਨੂੰ ਆਖਣਾ ਹੈ? ਜਿਹੜਾ ਬਾਰ ਬਾਰ ਮਸਜਿਦ ਦੇ ਅੰਦਰ ਆਉਂਦਾ ਹੈ ਜਾਂਦਾ ਹੈ, ਜ਼ਾਹਰੀ ਗੱਲ ਹੈ ਨਮਾਜ਼ ਪੜ੍ਹਦਾ ਹੋਏਗਾ, ਅੱਲਾਹ ਪਾਕ ਨੂੰ ਰਾਜ਼ੀ ਕਰਦਾ ਹੋਏਗਾ। ਇਸੇ ਵਾਸਤੇ ਉਹ ਲੋਕ, ਜ਼ਿੰਦਗੀ ਮੌਤ ਦਾ ਪਤਾ ਕੋਈ ਨਹੀਂ, ਮੌਤ ਦਾ ਪਤਾ ਨਹੀਂ ਕਿਹੜੇ ਮੋੜ ਤੇ ਆ ਜਾਵੇ, ਬਿਹਤਰ ਇਨਸਾਨ ਹੀ ਉਹ ਹੈ ਉਹਦੀ ਮੌਤ ਹੀ ਅੱਛੀ ਹੈ ਨਾਲ, ਜਿਹੜਾ ਅੱਲਾਹ ਪਾਕ ਦਾ ਦੋਸਤ ਹੋਏਗਾ, ਅੱਲਾਹ ਪਾਕ ਦੇ ਨਾਲ ਉਹਦੀ ਯਾਰੀ ਹੋਏਗੀ। ਆਕੇ ਨਾਤ ਦੇ ਇਮਾਮ ਅਲੈਹਿ ਸਲਾਤ ਵ ਸਲਾਮ ਦਾ ਸਿਆਬੀ ਸੈਯਦਨਾ ਉਸਮਾਨ ਬਿਨ ਅਫਾਨ ਰਜ਼ੀ ਅੱਲਾਹੁ ਤਾਲਾ ਅਨਹੁ ਬਿਆਨ ਕਰਦੇ ਨੇ, ਆਕਾ ਅਲੈਹਿ ਸਲਾਤ ਵ ਸਲਾਮ ਨੇ ਫਰਮਾਇਆ, ਜਿਹੜਾ ਬੰਦਾ ਇਸ਼ਾ ਦੀ ਨਮਾਜ਼ ਪੜ੍ਹਦਾ ਹੈ, ਅੱਲਾਹ ਅੱਧੀ ਰਾਤ ਦੇ ਕਿਆਮ ਦਾ ਸਵਾਬ ਅਤਾ ਕਰ ਦਿੰਦੇ ਨੇ। ਸੁਬਾਹ ਹੁੰਦੀ ਹੈ, ਬੰਦਾ ਫਜਰ ਦੀ ਨਮਾਜ਼ ਬਾ ਜਮਾਤ ਅਦਾ ਕਰ ਲੈਂਦਾ ਹੈ। ਆਕਾ ਅਲੈਹਿ ਸਲਾਤ ਵ ਸਲਾਮ ਨੇ ਫਰਮਾਇਆ, ਐਸੇ ਬੰਦੇ ਨੂੰ ਅੱਲਾਹ ਪੂਰੀ ਰਾਤ ਦੇ ਕਿਆਮ ਦਾ ਸਵਾਬ ਅਤਾ ਕਰ ਦਿੰਦੇ ਨੇ। ਇਨਸਾਨ ਨੇ ਇਸ਼ਾ ਦੀ ਨਮਾਜ਼ ਪੜ੍ਹੀ ਸੋ ਗਿਆ, ਅੱਗੋਂ ਫਜਰ ਦੀ ਨਮਾਜ਼ ਪੜ੍ਹੀ ਹੈ, ਦਰਮਿਆਨ ਦੇ ਅੰਦਰ ਸੁੱਤਾ ਰਿਹਾ, ਕੋਈ ਇਬਾਦਤ ਨਹੀਂ ਕੀਤੀ, ਨਮਾਜ਼ਾਂ ਦਾ ਕਿੰਨਾ ਫਾਇਦਾ ਹੈ? ਆਕਾ ਅਲੈਹਿ ਸਲਾਤ ਵ ਸਲਾਮ ਨੇ ਫਰਮਾਇਆ, ਐਸੇ ਬੰਦੇ ਨੂੰ ਸਾਰੀ ਰਾਤ ਦੇ ਕਿਆਮ ਦਾ ਸਵਾਬ ਮਿਲ ਜਾਂਦਾ ਹੈ। ਉਹ ਲੋਗੋ ਇਸੇ ਵਾਸਤੇ ਨਮਾਜ਼ ਅਦਾ ਕਰਿਆ ਕਰੋ। ਆਕਾ ਇਨਾਤ ਦੇ ਇਮਾਮ ਅਲੈਹਿ ਸਲਾਤ ਵ ਸਲਾਮ ਨੇ ਫਰਮਾਇਆ, ਅੱਲਾਹ ਪਾਕ ਦੀ ਕਸਮ, ਉਹ ਜ਼ਾਤ ਦੀ ਕਸਮ ਜਿਹਦੇ ਹੱਥ ਅੰਦਰ ਮੇਰੀ ਜਾਨ ਨੇ, ਜਿਹੜੇ ਬੰਦੇ ਨਮਾਜ਼ਾਂ ਨਹੀਂ ਪੜ੍ਹਦੇ, ਸੁਣ ਲਓ ਨਾ, ਕਾਇਨਾਤ ਦੇ ਇਮਾਮ ਅਲੈਹਿ ਸਲਾਤ ਵ ਸਲਾਮ ਨੇ ਫਰਮਾਇਆ, ਜਿਹੜਾ ਬੰਦਾ ਨਮਾਜ਼ ਨਹੀਂ ਪੜ੍ਹਦਾ, ਮੈਨੂੰ ਕਸਮ ਹੈ ਉਹ ਜ਼ਾਤ ਦੀ ਜਿਹਦੇ ਹੱਥ ਦੇ ਅੰਦਰ ਮੇਰੀ ਜਾਨ ਹੈ, ਮੈਂ ਲੋਕਾਂ ਨੂੰ ਹੁਕਮ ਦਿਆਂ, ਲੱਕੜੀਆਂ ਇਕੱਠੀਆਂ ਕੀਤੀਆਂ ਜਾਣ ਲੱਕੜੀਆਂ। ਆਕਾ ਅਲੈਹਿ ਸਲਾਤ ਵ ਸਲਾਮ ਨੇ ਫਰਮਾਇਆ, ਫਿਰ ਮੈਂ ਹੁਕਮ ਦਿਆਂ, ਉਹ ਲੋਕੋ ਅਜ਼ਾਨ ਕਹੀ ਜਾਏ, ਫਿਰ ਮੈਂ ਹੁਕਮ ਦਿਆਂ ਜਮਾਤ ਕਰਵਾਈ ਜਾਏ। ਆਕਾ ਅਲੈਹਿ ਸਲਾਮ ਨੇ ਫਰਮਾਇਆ, ਫਿਰ ਜਿਹੜੇ ਬੰਦੇ ਮਸਜਿਦ ਦੇ ਅੰਦਰ ਨਹੀਂ ਆਉਂਦੇ, ਜਿਹੜੇ ਬੰਦੇ ਮਸਜਿਦ ਦੇ ਅੰਦਰ ਨਹੀਂ ਆਉਂਦੇ, ਆਕਾ ਅਲੈਹਿ ਸਲਾਮ ਨੇ ਫਰਮਾਇਆ, ਮੈਂ ਉਹਨਾਂ ਦੇ ਘਰਾਂ ਨੂੰ ਹੀ ਜਲਾ ਦਿਆਂ। ਇਹ
دیکھنا مسلمان آقا علیہ الصلوۃ والسلام نے فرمایا جماعت ہندی ہوئے جیڑا بندہ نماز پڑھنے واسطے نہیں آندا میں انہاں دے گھراں نوں اگ لا کے جلا دیواں اسے واسطے لوگوں نماز پڑھیا کرو نا آقا علیہ الصلوۃ والسلام دا صحابی سیدنا ابو ہریرہ رضی اللہ تعالی عنہ روایت بیان کر دینے آقا علیہ الصلوۃ والسلام نے فرمایا اگر لوگوں نو فجر تے عشاء دی نماز دی فضیلت پتہ چل جائے انہاں نو گھٹنیاں دے بل گھسیڑ کے کیوں نہ آنا پیا تے او آن گے فجر تے عشاء دی نماز ہی اینی فضیلت ہے او لوگو اپن نماز ہی چھڑ دینے یار اج جڑا بے نمازی ہے اوندا کی انجام ہے کائنات دے امام علی الصلوۃ والسلام جدوں معراج تے گئے نے اللہ پاک نے اپنے محبوب نو آسماناں دی سیر کروائی اللہ دے نبی علی الصلوۃ والسلام نو جنت دا جہنم دا منظر وکھایا گیا پھر آقا علی الصلوۃ والسلام نے کیسا بندہ ویکھیا جندے سر تے پتھر ماریا جا رہے اوندا سر پھٹ جاندے ٹکڑے ٹکڑے ہو جاندے نے دوبارہ پھر اپنی جگہ تے صحیح ہو جاندے دوبارہ پھر پتھر وجدے او پھٹ جاندے آقا علیہ السلام نے پوچھا اللہ جی کیے اللہ فرماندے نے میں تیری توڑی امت دا او بندہ جڑا بے نمازی سی جڑا دنیا تے رہ کے فرضی نماز بغیر ہی سو جایا کردا سی اسے واسطے لوگوں نماز پڑھیا کرو نا کائنات دے امام علی الصلوۃ والسلام دا صحابی سیدنا عبادہ بن صامت رضی اللہ تعالی عنہ بیان کر دے نے کہ اللہ دے نبی علی الصلوۃ والسلام نے مینوں وصیت کیتی اگر تینوں مار دیتا جائے اگر تیرے ٹکڑے ٹکڑے کر دیتے جان جان بوجھ کے نماز نہ چھڑے جان بوجھ کے نماز نہ چھڑے اگر تو جان بوجھ کے نماز چھڑ دیتی ملت اسلامیہ دے اندر خارج ہو جائے گا پتا چلیا جیڑا بندہ جان بوجھ کے نماز نہیں پڑھدا او ملت اسلامیہ دے اندر خارج ہو جاندا ہے جیڑا بندہ نماز نہیں پڑھدا گویا اونے کفر کیتا ہے تے او لوگو مسلمان نو غور کرنا کائنات دے امام علی السلام فرما رہے نے جس بندے نے نماز چھڑ دتی اس بندے نے شرک کیتا دوسری جگہ فرمایا جس بندے نے نماز چھڑ دتی اونے کفر کیتا تیسری جگہ فرمایا جس بندے نے نماز چھڑ دیو اسلام دے اندر ہی خارج ہو جائے گا آقا علیہ الصلوۃ والسلام نے فرمایا مینوں حکم دیتا گیا ہے میں لوگاں دے نال لڑدا رہاں کس واسطے لڑدا رہاں جدوں لوگ ایمان لے آن گے اللہ پاک نو مان لین گے اور اے وی مان لین گے میں محمد رسول اللہ وا اللہ پاک دا بندہ اللہ پاک دا رسول اس دیر تک میں انہاں دے نال لڑدا رہاں گا کنی دیر تک جب تک کوئی ایمان نہیں لے کے آندے جب تک زکات نہیں دین دے آقا علیہ الصلوۃ والسلام نے بے نمازی دے نال لڑن دا حکم دیتا ہے جیڑا بندہ جان بوجھ کے نماز چھڑ دیندا ہے آقا علیہ الصلوۃ والسلام نے فرمایا مینوں ایسے لوگاں دے نال لڑنے دا حکم دیتا گیا ہے او لوگو پتہ ہے قیامت والے دن سب توں پہلے نماز دے بارے سوال ہوئے گا مسلمان ایو نماز ہے جیڑا بندہ جماعت دے نال نماز پڑھدا ہے اللہ 25 نمازاں دا ثواب عطا کر دین دے نے دوسری حدیث دے اندر 27 نمازاں دا وی آیا ہے کہ 27 نمازاں دا ثواب مل جاندا ہے او لوگو ویکھو نا با جماعت وی نماز پڑھنی ہے کلے نے وی پڑھنی ہے جیڑا بندہ کلا نماز پڑھے گا ایک نماز دے ثواب ملے گا جیڑا بندہ جماعت دے نال نماز پڑھے گا 5 نمازاں دا ثواب مل جائے گا اسی واسطے لوگو نماز پڑھیا کرو نماز دے اندر اللہ پاک دے بندہ بہت زیادہ کریم اللہ پاک نے اپنے قرآن دے اندر اعلان فرمایا حافظوا علی الصلوات والصلاة الوسطی وقوموا للہ قانتین نمازاں پڑھنیاں نے خاص طور تے درمیانی نماز پڑھنی ہے
ਹੁਣ ਕਿਹੜਾ ਬੰਦਾ ਜਿਹੜਾ ਨਮਾਜ਼ ਪੜ੍ਹੇਗਾ ਹੱਥ ਖੜਾ ਕਰੋ, ਹਾਂ ਵਾਅਦਾ ਕਰੋ, ਹਾਂ ਇਨਸ਼ਾਅੱਲਾ ਪੜ੍ਹੋਗੇ ਨਾ, ਇਨਸ਼ਾਅੱਲਾ ਪੜ੍ਹੋਗੇ। ਚਲੋ ਜੀ, ਅੱਲਾ ਪਾਕ ਕਬੂਲ ਫਰਮਾਏ, ਅੱਲਾ ਸਾਨੂੰ ਸਾਰਿਆਂ ਨੂੰ ਪੰਜ ਵਕਤ ਦਾ ਪੱਕਾ ਸੱਚਾ ਨਮਾਜ਼ੀ ਬਣਾਏ, ਜੋ ਸੁਣਿਆ ਸੁਣਾਏ ਅੱਲਾ ਅਮਲ ਦੀ ਤੌਫੀਕ عطا ਫਰਮਾਏ। ਵਾ ਆਖਿਰ ਦਾਵਾਨਾ ਅਲਹਮਦੁਲਿਲਾਹਿ ਰੱਬਿਲ ਆਲਮੀਨ।